ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਨਸ਼ੀਲੇ ਟੀਕੇ ਨੇ ਫਿਰ ਬੁਝਾਇਆ ਇੱਕ ਘਰ ਦਾ ਚਿਰਾਗ। ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀ ਮੇਗਾ ਦੇ ਇੱਕ ਘਰ ਅੰਦਰ ਉਸ ਵਕਤ ਮਾਤਮ ਛਾ ਗਿਆ ਜਦੋਂ ਨਸ਼ੀਲੇ ਟੀਕੇ ਨੇ ਇੱਕ ਹੋਰ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਸੁਖਰਾਜ ਸਿੰਘ ਉਰਫ ਕੱਟੂ ਪੁੱਤਰ ਮੰਗਤ ਸਿੰਘ ਦੇ ਭਰਾ ਸਰਵਣ ਸਿੰਘ ਨੇ ਦੱਸਿਆ ਕਿ ਮੈਂ ਭਿੱਖੀਵਿੰਡ ਰਹਿੰਦਾ ਹਾਂ ਅਤੇ ਅੱਜ ਸਵੇਰੇ 9 ਵਜੇ ਮੈਨੂੰ ਡਾਕਟਰ ਸੁਖਦੇਵ ਦਾ ਫੋਨ ਆਇਆ ਕਿ ਤੇਰੇ ਭਰਾ ਦੀ ਮੌਤ ਹੋ ਗਈ ਹੈ ਅਤੇ ਉਸਦੀ ਲਾਸ਼ ਕਾਲਿਆਂ ਵਾਲੀ ਰੋਹੀ ਵਿੱਚ ਪਈ ਹੈ। ਜਿਸ ਤੋਂ ਬਾਅਦ ਅਸੀਂ ਜਾ ਕੇ ਦੇਖਿਆ ਤਾਂ ਮੇਰਾ ਭਰਾ ਸੁਖਰਾਜ ਸਿੰਘ ਨਸ਼ੀਲਾ ਟੀਕਾ ਲਗਾ ਕੇ ਮਰਿਆ ਪਿਆ ਸੀ ਅਤੇ ਉਸਦੀ ਬਾਂਹ ਉੱਪਰ ਗਲਤ ਟੀਕੇ ਕਾਰਨ ਨਾੜ ਫੁੱਲੀ ਹੋਈ ਦਾ ਨਿਸ਼ਾਨ ਸਾਫ਼ ਦਿਖਾਈ ਦਿੰਦਾ ਸੀ। ਜਿਸ ਤੋਂ ਬਾਅਦ ਅਸੀਂ ਤੁਰੰਤ ਲਾਸ਼ ਨੂੰ ਘਰ ਲੈ ਗਏ ਅਤੇ ਉਸਦਾ ਹੁਣ ਅੰਤਿਮ ਸੰਸਕਾਰ ਵੀ ਕਰ ਦਿੱਤਾ ਹੈ। ਉਸਨੇ ਦੱਸਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਸਾਡੇ ਪਿਤਾ ਮੰਗਤ ਸਿੰਘ ਦੀ ਮੌਤ ਹੋਈ ਹੈ ਅਤੇ ਪਿਤਾ ਦੀਆਂ ਅੰਤਿਮ ਰਸਮਾਂ ਤੋਂ ਪਹਿਲਾਂ ਹੀ ਭਰਾ ਦੀ ਮੌਤ ਨਾਲ ਵੱਡਾ ਦੁੱਖ ਲੱਗਾ ਹੈ। ਦੱਸਣਯੋਗ ਗੱਲ ਹੈ ਕਿ ਮ੍ਰਿਤਕ ਸੁਖਰਾਜ ਸਿੰਘ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਇੱਕ ਲੜਕੀ ਵੀ ਸੀ, ਪਰ ਬਾਅਦ ਵਿੱਚ ਲੜਾਈ ਝਗੜਾ ਹੋਣ ਕਰਕੇ ਪਤਨੀ ਲੜਕੀ ਨੂੰ ਲੈ ਕੇ ਚਲੇ ਗਈ ਸੀ। ਦੂਜੇ ਪਾਸੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ASI ਸਾਹਿਬ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਵੱਲੋਂ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਹੈ। ਹਾਂਜੀ ਵੀਰ ਜੀ, ਕੀ ਨਾਮ ਹੈ ਆਪਣਾ ਤੇ ਜਿਹੜਾ ਲੜਕਾ? ਸਰਵਣ ਸਿੰਘ। ਹਾਂਜੀ, ਇਹ ਲੜਕਾ ਜਿਹੜਾ ਮਰਿਆ ਇਹ ਕਿੱਦਾਂ ਡੈਥ ਹੋਈ ਹੈ ਜੀ? ਇਹਦੀ ਡੈਥ ਜੀ, ਸਵੇਰ ਮੈਨੂੰ ਫੋਨ ਹੀ ਆਇਆ ਬਸ 9 ਵਜੇ ਕਿਸੇ ਦਾ, ਕੋਈ ਵੱਖ ਬੰਦਾ ਸੀ, ਉਹਨੇ ਕਿਹਾ ਵੀ ਤੁਹਾਡਾ ਲੜਕਾ ਜਿਹੜਾ ਉੱਥੇ ਡਿੱਗਾ ਪਿਆ ਹੈ। ਕਿਹੜੀ ਜਗ੍ਹਾ ਤੋਂ ਲਾਸ਼ ਮਿਲਿਆ? ਆਪਣੀ ਭਿੱਖੀਵਿੰਡ ਵਾਲੇ ਗੰਦੇ ਨਦੀ ਤੇ, ਪਾਮ ਗਾਰਡਨ ਪੈਲਸ ਦੇ ਲਾਗੇ ਡਿੱਗਾ ਪਿਆ ਹੈ। ਮੈਂ ਜਦੋਂ ਜਾ ਕੇ ਵੇਖਿਆ ਤਾਂ ਇਹਦੀ ਡੈਥ ਹੋ ਚੁੱਕੀ ਸੀ। ਅਤੇ ਇਹ ਕਿਸ ਤਰ੍ਹਾਂ, ਮਤਲਬ ਕਿ ਜਿਹੜੀ ਇਹ ਡੈਥ ਹੈ ਉਹ ਹੋਈ ਹੈ? ਡੈਥ ਦਾ ਕਾਰਨ ਨਹੀਂ ਪਤਾ ਜੀ, ਹੋ ਸਕਦਾ ਨਸ਼ੇ ਦਾ ਵੀ ਹੋ ਸਕਦੀ ਹੈ ਜਾਂ ਕਿਸੇ ਨੇ ਕੁਛ ਕੀਤਾ ਹੋਵੇ, ਪਰ ਮੈਂ ਨਹੀਂ ਕਿਸੇ ਨੂੰ ਕੁਛ ਕਹਿ ਸਕਦਾ। ਅਤੇ ਹੁਣ ਤੁਸੀਂ ਕੀ ਕਾਰਵਾਈ ਕਰਵਾਉਣਾ ਚਾਹੁੰਦੇ? ਨਹੀਂ ਜੀ, ਆਪਾਂ ਕਿਸੇ ਨੂੰ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਅਸੀਂ ਇਹਦਾ ਲਿਆ ਕੇ ਸੰਸਕਾਰ ਕਰਦੇ ਹਾਂ। ਠੀਕ। ਹਾਂਜੀ ਸਰ, ਅੱਜ ਨਾ ਪਿੰਡ ਮਾੜੀ ਮੇਗਾ ਦੇ ਵਿੱਚ ਸੁਖਰਾਜ ਸਿੰਘ 28 ਸਾਲਾ ਨੌਜਵਾਨ ਹੈ ਜਿਹਦੀ ਨਾ ਕਹਿਣ ਮੁਤਾਬਿਕ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੀ ਉਹ ਡੈਥ ਹੋ ਗਈ ਆ, ਉਹਦੇ 'ਚ ਸੰਬੰਧੀ ਸਰ ਤੁਸੀਂ ਕੀ ਕਾਰਵਾਈ ਕਰ ਰਹੇ ਜੋ ਇਸ ਬਾਰੇ? ਹੁਣ ਘਰ ਵਾਲਿਆਂ ਨੇ ਉਹਦਿਆਂ ਨੇ ਕੋਈ ਇਤਲਾਹ ਨਹੀਂ ਦਿੱਤੀ, ਨਾ ਕੋਈ ਬਾਹਰੋਂ ਇਨਫੋਰਮੇਸ਼ਨ ਮਿਲੀ। ਹਾਂਜੀ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।